ਮੈਂ ਆਇਆ ਇੱਥੇ ਦਿੱਲੀ ਸਰਕਾਰ ਤੇ ਤੁਹਾਡੇ ਸਾਰਿਆਂ ਦੇ ਸੱਦੇ ਪਿਆਰ ਨਾਲ ਉਹ ਹੋਇਆ ਇਸ ਤਰ੍ਹਾਂ ਦੇ ਕਿ ਇੱਕ ਕੋਈ ਬੰਦਾ ਆਪਣੇ ਦੋਸਤ ਨੂੰ ਪੁੱਛ ਰਿਹਾ ਸੀ ਕਿ ਪਤਨੀ ਨੂੰ ਫਾਂਸੀ ਵਿੱਚ ਕੀ ਕਹਿੰਦੇ ਨੇ। ਕੋਈ ਕਹਿ ਰਿਹਾ ਸੀ ਕਿ ਪਤਨੀ ਨੂੰ ਫਾਂਸੀ ਵਿੱਚ ਕੀ ਕਹਿੰਦੇ ਨੇ, ਤੇ ਉਹ ਕਹਿੰਦਾ ਪਤਨੀ ਨੂੰ ਕਿਸੇ ਵੀ ਭਾਸ਼ਾ ਵਿੱਚ ਕੁਝ ਨਹੀਂ ਕਹਿ ਸਕਦੇ। ਇੱਕ ਦੋਸਤ ਕਹਿ ਰਿਹਾ ਸੀ ਆਪਣੇ ਦੋਸਤ ਨੂੰ ਕਿ ਪਤਨੀਆਂ ਆਪਣੀ ਗਲਤੀ ਕਦੇ ਨਹੀਂ ਮੰਨਦੀਆਂ, ਪਤਨੀਆਂ ਆਪਣੀ ਗਲਤੀ ਕਦੇ ਨਹੀਂ ਮੰਨਦੀਆਂ। ਤਾਂ ਉਹਦਾ ਦੋਸਤ ਕਹਿੰਦਾ ਕਿ ਯਾਰ ਮੇਰੀ ਪਤਨੀ ਤਾਂ ਗਲਤੀ ਮੰਨ ਜਾਂਦੀ ਹੈ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਕੱਲ ਹੀ ਕਹਿ ਰਹੀ ਸੀ ਤੇਰੇ ਨਾਲ ਵਿਆਹ ਕਰਾ ਕੇ ਮੈਂ ਸਭ ਤੋਂ ਵੱਡੀ ਗਲਤੀ ਕੀਤੀ ਹੈ। ਫਿਰ ਕੋਈ ਨਾ ਕੋਈ ਸੱਚ ਝੂਠ ਥੋੜਾ ਬਹੁਤ ਦੱਸਣਾ ਹੀ ਪੈਂਦਾ। ਪਤੀ ਕਹਿੰਦਾ ਮੈਂ ਤੇਰੇ ਨਾਲ ਸ਼ਾਹਜਹਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ, ਸ਼ਾਹਜਹਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ। ਤਾਂ ਪਤਨੀ ਕਹਿੰਦੀ ਫਿਰ ਤੁਸੀਂ ਤਾਜ ਮਹਿਲ ਬਣਵਾਓਗੇ ਜੇ ਮੈਂ ਮਰ ਗਈ ਤਾਂ? ਉਹ ਕਹਿੰਦਾ ਮੈਂ ਤਾਂ ਪਲਾਟ ਵੀ ਲੈ ਲਿਆ, ਦੇਰੀ ਤਾਂ ਤੇਰੇ ਵੱਲੋਂ ਹੀ ਹੋ ਗਈ ਹੈ। ਗਲੀ ਵਿਚ ਮਹੱਲੇ ਵਿਚ ਅੱਧੀ ਰਾਤ ਨੂੰ ਸ਼ੋਰ ਪੈ ਰਿਹਾ ਸੀ, ਗਲੀ ਵਿਚ ਸ਼ੋਰ ਪੈ ਰਿਹਾ ਸੀ ਤੇ ਪਤੀ ਬਾਹਰ ਗਿਆ, ਅਪਣਵਾਏ ਬਾਹਰ ਗਿਆ ਤੇ ਬਾਹਰ ਲੋਕੀ ਕਹਿ ਰਹੇ ਸੀ ਪਾਣੀ ਵਿਚ ਨਾ ਜ਼ਹਿਰ ਮਿਲੀ ਹੋਈ ਹੈ, ਪਾਣੀ ਨਾ ਪੀਓ ਪਾਣੀ ਵਿਚ ਜ਼ਹਿਰ ਮਿਲੀ ਹੋਈ ਹੈ। ਪਤੀ ਘਰ ਗਿਆ ਅੰਦਰ ਗਿਆ ਤੇ ਪਤਨੀ ਕਹਿੰਦੀ ਕਾਹਦਾ ਸ਼ੋਰ ਸੀ ਬਾਹਰ, ਕੀ ਕਹਿੰਦੇ ਸੀ ਲੋਕੀ? ਉਹ ਕਹਿੰਦਾ ਨਹੀਂ ਕੁਝ ਨਹੀਂ ਕੁਝ ਨਹੀਂ, ਐਵੇਂ ਰੋਲਾ ਪਾਈ ਜਾ ਰਿਹਾ ਸੀ, ਤੂੰ ਪਾਣੀ ਪੀ ਤੇ ਸੌਂ ਜਾ।